ਅਸਪਤਾਲ ਦੇਖਣ ਵਾਲੇ ਤਮਾਮ ਭਾਈ ਬਹਿਣੋ ਕੋ ਡਾਕਟਰ ਸਵਾਸਤਿਕ ਸ਼ਰਮਾ ਔਰ ਰਾਹੁਲ ਤਿਵਾੜੀ ਕਾ ਨਮਸਕਾਰ ਪਿਆਰੇ ਭਾਈ ਬਹਿਣੋ ਜੈਸੇ ਆਪਕੋ ਪਤਾ ਹੈ ਕਿ ਪੰਜਾਬ ਕਾ ਵਿਧਾਨ ਸਭਾ ਸੈਸ਼ਨ ਚੱਲ ਰਿਹਾ ਹੈ ਬਜਟ ਸੈਸ਼ਨ ਆਜ ਪੰਜਾਬ ਵਿਧਾਨ ਸਭਾ ਕਾ ਅੰਤਿਮ ਦਿਨ ਹੈ ਬਜਟ ਸੈਸ਼ਨ ਕਾ ਔਰ ਅੰਤਿਮ ਦਿਨ ਵਿਧਾਨ ਸਭਾ ਮੇਂ ਬਹੁਤ ਕੁਛ ਦੇਖਣੇ ਕੋ ਮਿਲਾ ਜਹਾਂ ਇਸ ਵਿਧਾਨ ਸਭਾ ਮੇਂ ਸੁਬਹੇ ਆਜ ਸੁਬਹੇ ਬਹਿਬਲਪੁਰ ਕਾਂਡ ਕੇ ਮੁਖੇ ਆਰੋਪੀ ਯਹਾਂ ਪਰ ਪਹੁੰਚੇ ਥੇ ਜੈਸੇ ਯੇ ਬਾਤ ਪਤਾ ਚਲੀ ਸੱਤਾ ਪਕਸ਼ ਔਰ ਵਿਪਕਸ਼ ਕੋ ਤੋ ਵਿਧਾਨ ਸਭਾ ਕੇ ਅੰਦਰ ਵੀ ਔਰ ਵਿਧਾਨ ਸਭਾ ਕੇ ਬਾਹਰ ਵੀ ਜ਼ੋਰਦਾਰ ਹੰਗਾਮਾ ਹੁਆ ਔਰ ਇਸਕੋ ਦੇਖਤੇ ਹੋਏ ਇਸ ਮੁੱਦੇ ਕੋ ਸ਼੍ਰੋਮਣੀ ਅਕਾਲੀ ਦਲ ਕੇ MLA ਮਨਪ੍ਰੀਤ ਸਿੰਘ ਅਯਾਲੀ ਔਰ ਸਰਦਾਰ ਬਿਕਰਮਜੀਤ ਸਿੰਘ ਮਜੀਠੀਆ ਨੇ ਉਠਾਇਆ ਔਰ ਪਵਨ ਕੁਮਾਰ ਟੀਨੂ ਜੀ ਵੀ ਉਨਕੇ ਸਾਥ ਥੇ ਵਿਧਾਨ ਸਭਾ ਕੇ ਅੰਦਰ ਔਰ ਉਸਕੇ ਬਾਅਦ ਉਨ੍ਹੋਨੇ ਸਭ ਨੇ ਸੰਯੁਕਤ ਕਾਨਫਰੰਸ ਕਰਕੇ ਪ੍ਰੈਸ ਕਾਨਫਰੰਸ ਕਰਕੇ ਆਪਣੇ ਵਿਚਾਰ ਮੀਡੀਆ ਕੇ ਸਮਕ ਰੱਖੇ ਔਰ ਜੋ ਵੀਡੀਓਜ਼ ਥੇ ਵੋ ਹਮ ਆਪਣੇ ਦਰਸ਼ਕੋ ਕੋ ਦਿਖਾ ਰਹੇ ਹੈਂ। ਸੀਰੀਅਸ ਮਸਲਾ ਤੇ ਮੈਂ ਇਹ ਕਿਹਾ ਸੀ ਵੀ ਇਹ 420 ਹੈ ਲੋਕਾਂ ਦੇ ਨਾਲ ਕਿਉਂਕਿ ਪਿਛਲੇ ਬਜਟ ਦੇ ਵਿੱਚ ਰੱਖਿਆ ਗਿਆ ਪੈਸਾ 1 ਰੁਪਈਆ ਵੀ ਬੱਚਿਆਂ ਲਈ ਦਲਿਤ ਵਰਗ ਲਈ ਖਰਚਿਆ ਨਹੀਂ ਗਿਆ ਤੇ ਅਸੀਂ ਉਸ ਵੇਲੇ ਸਵਾਲ ਪੁੱਛਦੇ ਸੀ ਸਪੀਕਰ ਸਾਹਿਬ ਕਹਿੰਦੇ ਜਵਾਬ ਦੇਵਾਂਗੇ 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 ਬਹਿ ਜਾਓ ਲੇਕਿਨ ਉਸ ਤੋਂ ਬਾਅਦ ਹਾਊਸ ਖਤਮ ਕਰ ਦਿੱਤਾ। ਮੈਂ ਇਹ ਵੀ ਕਿਹਾ ਸੀ ਗੱਲ ਬੋਲਦੇ ਹੋਏ ਬਈ ਇਹ ਜਿਹੜੇ ਵਿੱਤ ਮੰਤਰੀ ਜੀ ਆ ਇਹਨਾਂ ਨੇ ਪਤਾ ਨਹੀਂ ਇਹਨਾਂ ਦੇ ਮਨ ਵਿੱਚ ਸਾਡੇ ਪ੍ਰਤੀ ਕਿੰਨੀ ਖੁੰਦਕ ਆ ਨਫ਼ਰਤ ਆ ਐਸਸੀਆਂ ਦੇ ਦਲਤਾਂ ਵਾਸਤੇ ਜਿਨ੍ਹਾਂ ਵਾਸਤੇ ਇਹ ਜਿੰਨਾ ਵੀ ਫੰਡ ਰੱਖਦੇ 1 ਰੁਪਈਆ ਨਹੀਂ ਲਾਉਂਦੇ। ਮੈਂ ਯਾਦ ਕਰਾਉਣਾ ਚਾਹੁੰਦਾ ਮਨਪ੍ਰੀਤ ਬਾਦਲ ਨੂੰ 1995 'ਚ ਬੇਅੰਤ ਸਿੰਘ ਨੇ ਕਦੀ ਵਿਧਾਨ ਸਭਾ ਦਾ ਮੂੰਹ ਨਹੀਂ ਦੇਖਣ ਦੇਣਾ ਸੀ ਮਨਪ੍ਰੀਤ ਸਿੰਘ ਨੂੰ ਜੇ ਉਦੋਂ ਦਲਿਤ ਉਦੋਂ ਸ਼ੈਡਿਊਲਡ ਕਾਸਟ ਕਿੱਦਣ ਬਾਈ ਮਦਦ ਨਾ ਕਰਦੇ ਉਸ ਵੇਲੇ ਦੀ BSP ਜੇ ਮਦਦ ਨਾ ਕਰਦੀ ਅੱਜ ਇਹ ਮੂੰਹ ਦੇਖਿਆ। ਲੇਕਿਨ ਅੱਜ ਉਹੀ ਵਿੱਤ ਮੰਤਰੀ ਸਭ ਤੋਂ ਵੱਧ ਧੋਖਾ ਜ਼ਿਆਦਤੀ ਸ਼ੈਡਿਊਲਡ ਕਾਸਟ ਲੋਕਾਂ ਨਾਲ ਕਰ ਰਿਹਾ ਆਪਣੇ ਬਜਟ 'ਚ। ਅੱਜ ਜੋ ਇੰਸੀਡੈਂਟ ਹੋਇਆ ਮੈਂ ਪੁੱਛਣਾ ਚਾਹੁੰਦਾ ਸੀ ਜ਼ੀਰੋ ਆਊਟ 'ਚ ਟਾਈਮ ਨਹੀਂ ਦਿੱਤਾ ਮੈਂ ਸਪੀਕਰ ਸਾਹਿਬ ਨੂੰ ਕਿਹਾ ਟਾਈਮ ਦਿਓ ਮੈਂ ਪੁੱਛਣਾ ਚਾਹੁੰਦਾ ਸੀ ਕੱਲ੍ਹ ਵੀ ਨਹੀਂ ਦਿੱਤਾ 860 ਕਰੋੜ ਰੁਪਈਆ ਕਿੱਥੇ ਗਿਆ ਵਿੱਤ ਮੰਤਰੀ ਜੀ ਔਰ ਮੈਂ ਇਹ ਵੀ ਕਿਹਾ ਗੱਲੀ ਅਸੀਂ ਚੰਗੀਆਂ ਅਤੇ ਅਚਾਰੀ ਬੁਰੀਆਂ ਇਸ ਗੱਲ ਦਾ ਬਹੁਤ ਦੁੱਖ ਲੱਗਾ। ਵਿੱਤ ਮੰਤਰੀ ਜੀ ਦਾ ਭਾਸ਼ਣ ਹੈ ਨਾ ਜਿਹੜਾ ਇਹ ਸ਼ੂਗਰ ਕੋਟਡ ਜ਼ਹਿਰ ਹੈ ਦਿੱਤਾ ਕੁਛ ਨਹੀਂ ਕਿਸੇ ਸੈਕਸ਼ਨ ਨੂੰ ਬਸ ਸ਼ੇਰੋ ਸ਼ਾਇਰੀ ਨਾਲ ਲੋਕਾਂ ਨੂੰ ਟਕਾ ਦਿੱਤਾ ਲਫ਼ਜ਼ਾਂ 'ਚ ਟਕਾ ਦਿੱਤਾ। ਸਾਡੇ ਬੱਚੇ ਸ਼ੈਡਿਊਲਡ ਕਾਸਟ ਸੜਕਾਂ 'ਤੇ ਰੁਲਦੇ ਫਿਰਦੇ ਆ 3 ਸਾਲ ਤੋਂ ਡਿਗਰੀਆਂ ਨਹੀਂ ਦੇ ਰਹੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬ ਪੰਜਾਬ ਯੂਨੀਵਰਸਿਟੀ ਅਤੇ ਪ੍ਰਾਈਵੇਟ ਕਾਲਜ ਇੱਕ ਨਿੱਕਾ ਪੈਸਾ ਵੀ ਰੱਖਿਆ ਵਿੱਤ ਮੰਤਰੀ ਨੇ ਉਹਦੇ ਵਾਸਤੇ ਸਾਡੀਆਂ ਸਾਰੀਆਂ ਸਕੀਮਾਂ ਰੋਲ ਦਿੱਤੀਆਂ ਨੌਕਰੀ ਕੋਈ ਨਹੀਂ ਮਿਲੀ ਜੇ ਬੱਚਿਆਂ ਨੂੰ 3 ਸਾਲ ਡਿਗਰੀ ਨਹੀਂ ਮਿਲੀ ਸਰਟੀਫਿਕੇਟ ਨਹੀਂ ਮਿਲਿਆ ਤਾਂ ਨੌਕਰੀ ਕਿੱਥੋਂ ਭਾਲਣੀ ਉਹਨਾਂ ਨੇ। ਸਾਰਾ ਗੁੱਸਾ ਅੱਜ ਤੁਸੀਂ ਦੇਖ ਲਿਆ ਜਦੋਂ ਮੈਂ ਕਹਿ ਰਿਹਾ ਸੀ ਆਹ ਮੈਂ ਪੋਸਟਰ ਦਿਖਾਇਆ ਮੈਂ ਆਹ ਵੀ ਕਿਹਾ ਵੀ ਗਲਾ ਘੁੱਟਣਾ ਬੰਦ ਕਰੋ ਅਤੇ ਫਿਰ ਦੁੱਖ ਬੜਾ ਲੱਗਾ ਬਾਕੀ ਮੈਂਬਰ ਸਾਡੇ ਚਲੇ ਗਏ ਸੀ ਤਾਂ ਹੋਇਆ ਕੀ ਉਦੋਂ ਅੱਜ ਤੁਸੀਂ ਦੇਖਿਆ ਅੱਜ ਗੁੱਸਾ ਇਸ ਗੱਲ ਦਾ ਵੀ ਬਹੁਤ ਹੈ ਉਹਨਾਂ ਨੂੰ ਅੱਜ ਪਾਰਾ ਬਹੁਤ ਚੜਿਆ ਅੰਦਰ। ਖਜ਼ਾਨਾ ਮੰਤਰੀ ਨੇ ਤੁਸੀਂ ਰਿਕਾਰਡ ਕਢਵਾ ਲਓ ਮੈਂ ਹੁਣ ਉਹ ਮੂੰਹ 'ਚੋਂ ਗੱਲ ਨਹੀਂ ਕਹਿਣੀ ਚਾਹੁੰਦੀ ਗਾਲ ਕੱਢੀ ਮੈਨੂੰ ਮੈਂ ਨਹੀਂ ਉਹ ਗੱਲ ਕਹਿਣੀ। ਸੁੱਖੀ ਰੰਧਾਵੇ ਨੇ ਕਿਹਾ ਲੱਤ ਭੰਦਿਆਂਗੇ ਔਰ ਜੀਰਾ ਜਿਹੜਾ ਬਹੁਤ MLA ਹੈ
ਉਹਨੇ ਧਮਕੀਆਂ ਦਿੱਤੀਆਂ ਸ਼ਰੇਆਮ, ਉਹ ਧਮਕੀਆਂ ਦਿੱਤੀਆਂ ਮਾਰਨ ਦੀਆਂ, ਕੁੱਟਣ ਦੀਆਂ। ਅਸੀਂ ਉੱਥੇ, ਮੈਂ ਇਕੱਲਾ ਸੀ, ਲੇਕਿਨ ਬਾਅਦ ਵਿੱਚ ਡਾਕਟਰ ਸੁੱਖੀ ਜੀ, ਖਹਿਰਾ ਸਾਹਿਬ, ਇਹ ਸਾਰੇ ਆ ਗਏ। ਅੰਦਰ ਕਿੱਦਾਂ ਦੀ ਬਦਮਾਸ਼ੀ ਕੀਤੀ ਇਹਨਾਂ ਨੇ ਕਿ ਇੱਕ MLA ਨੂੰ 35 ਬੰਦੇ ਸਾਰੇ ਇਹਨਾਂ ਦੇ ਵੈਲ 'ਚ ਆ ਗਏ ਮੇਰੇ ਮਗਰ, ਕਿ ਇੱਕ ਰਿਜ਼ਰਵ ਸੀਟ ਤੋਂ ਜਿੱਤ ਗਿਆ ਇਹ ਬੰਦੇ ਨੂੰ ਆਪਣੇ ਸਮਾਜ ਦੀ, ਆਪਣੇ ਇਲਾਕੇ ਦੀ ਗੱਲ ਕਰਨ ਦਾ ਕੋਈ ਹੱਕ ਨਹੀਂ। ਅਸੀਂ ਚੁੱਪ ਕਰਕੇ ਗੁੰਗੇ ਬਹਿ ਕੇ ਚੱਲ ਜਾਈਏ, ਅਸੀਂ ਇੱਥੇ ਖਾ ਕੇ ਚੱਲ ਜਾਈਏ ਸਮੋਸੇ। ਵਿੱਤ ਮੰਤਰੀ ਇਹ ਚਾਹੁੰਦਾ ਕਿ ਜਿੱਦਾਂ ਉਹਨਾਂ ਦੀ ਕਾਂਗਰਸ 'ਚ ਜਿਹੜੇ ਦਲਿਤ ਬੈਠੇ ਆ ਉਹ ਮੂੰਹ ਨੂੰ ਟੇਪ ਲਾ ਕੇ ਬੈਠੇ ਆ, ਇੱਦਾਂ ਹੀ ਇਹ ਵੀ ਬੈਠੇ ਰਹਿਣ ਓਪੋਜੀਸ਼ਨ ਵਾਲੇ, ਅਕਾਲੀ ਦਲ ਵਾਲੇ। ਤੁਸੀਂ ਇਹ ਵੀਡੀਓ ਕਢਾਓ ਕਿੱਦਾਂ ਹੱਥ ਚੱਕੇ ਜੇ ਨਾ ਆਉਂਦੇ, ਹੱਥ ਚੱਕੇ। ਮੈਂ ਹੁਣ ਉਹ ਮੂੰਹ ਚੋਂ ਨਹੀਂ ਕਹਿਣਾ, ਗਾਲ ਕੱਢੀ ਆ ਵਿੱਤ ਮੰਤਰੀ ਨੇ। ਔਰ ਇਸ ਕਰਕੇ ਦੱਸ ਦਿਓ, ਮੈਂ ਆਖਿਆ ਮੈਂ ਅੱਜ ਇਹ ਫਾਊਲ ਹੈ ਤਾਂ ਦੱਸ ਦਿਓ। ਮੈਂ ਕਿਹਾ ਸਪੀਕਰ ਸਾਹਿਬ, ਧੱਕੇਸ਼ਾਹੀ ਨਹੀਂ ਚੱਲੇਗੀ, ਸਾਡਾ ਗਲਾ ਨਾ ਕੁੱਟੋ। ਮੈਂ ਕਿਹਾ ਧੱਕੇਸ਼ਾਹੀ ਨਹੀਂ ਚੱਲੇਗੀ। ਹੁਣ ਇਹ ਫਾਊਲ ਲਫ਼ਜ਼ ਆ, ਵਿੱਤ ਮੰਤਰੀ ਨੂੰ ਤਾਂ ਮੈਂ ਕਿਹਾ ਹੀ ਨਹੀਂ ਕੁਛ ਵੀ, ਵਿੱਤ ਮੰਤਰੀ ਨੂੰ ਤਾਂ ਮੈਂ ਆਹ ਹੀ ਦਿਖਾਇਆ ਬਸ। ਇਹਦਾ ਬੜਾ ਦੁੱਖ ਲੱਗਾ ਉਹਨੂੰ, ਵਿੱਤ ਮੰਤਰੀ ਆਹ ਨਹੀਂ ਸਹਿਣ ਕਰ ਸਕਿਆ ਵੀ ਪੈਸੇ ਕਿੱਥੇ ਗਏ, ਵੀ ਦਲਿਤ ਵਿਦਿਆਰਥੀਆਂ ਦੇ ਪੈਸੇ ਕਿੱਥੇ ਗਏ, ਖਾਣ ਵਾਲੀ ਸਰਕਾਰ ਮੁਰਦਾਬਾਦ। ਕਹਾਂਗੇ ਮੈਂ ਇੱਕ ਵਾਰੀ ਨਹੀਂ, ਮੈਂ ਲੱਖ ਵਾਰ ਕਹਾਂਗਾ ਪੂਰੇ ਪੰਜਾਬ 'ਚ ਕਿ ਵਿੱਤ ਮੰਤਰੀ ਨੇ, ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਸ਼ਡਿਊਲ ਕਾਸਟ ਦਲਿਤ ਬੱਚਿਆਂ ਦਾ ਭਵਿੱਖ ਕਤਲ ਕਰ ਦਿੱਤਾ ਆ, ਲੱਖਾਂ ਬੱਚੇ ਕਾਲਜਾਂ ਯੂਨੀਵਰਸਿਟੀਆਂ ਤੋਂ ਬਾਹਰ ਕਰ ਦਿੱਤੇ ਆ। ਇਸ ਸਰਕਾਰ ਨੇ ਕੋਈ ਨੌਕਰੀ ਨਹੀਂ ਮਿਲੀ ਇਸ ਬੰਦੇ ਨੂੰ, ਜਿਹਨੂੰ ਪਹਿਲੀ ਵਾਰ ਇਸ ਪਵਿੱਤਰ ਸਦਨ ਵਿੱਚ ਪਹੁੰਚਾਇਆ ਦਲਿਤਾਂ ਨੇ ਮਦਦ ਕਰਕੇ। ਅੱਜ ਉਹਨਾਂ ਕੋਲੋਂ ਬਦਬੋ ਆਉਂਦੀ ਹੈ, ਉਹਨਾਂ ਨਾਲ ਨਫ਼ਰਤ ਹੈ ਅੱਜ ਇਸ ਵਿੱਤ ਮੰਤਰੀ ਨੂੰ। ਸਿਰਫ ਮੈਂ ਇਹ ਤੁਹਾਨੂੰ ਕਹਿਣਾ ਚਾਹੁੰਦਾ ਪੰਜਾਬ ਦੇ ਲੋਕਾਂ ਨੂੰ ਵੀ ਕਿ ਇਹਦੀਆਂ ਗੋਲੀਆਂ, ਇਹਦੇ ਭਾਸ਼ਣ ਸ਼ੂਗਰ ਕੋਟਡ ਪੋਇਜ਼ਨ ਆ, ਜ਼ਹਿਰ ਆ। ਔਰ 3 ਸਾਲ 'ਚ ਜੋ ਜਿੰਨਾ ਇਹਨੇ ਪਿੱਛੇ ਕਰ ਦਿੱਤਾ ਸਾਡੇ ਲੋਕਾਂ ਨੂੰ, ਹੋਰ ਕੋਈ ਦੁਸ਼ਮਣ ਵੀ ਨਹੀਂ ਕਰ ਸਕਦਾ। ਅਤੇ ਮੈਂ ਤੁਹਾਡੇ ਜ਼ਰੀਏ ਮੰਗ ਕਰਦਾ ਕਿ ਇੱਕ ਤਾਂ ਪ੍ਰਿਵਲੇਜ ਮੋਸ਼ਨ ਵਿੱਤ ਮੰਤਰੀ 'ਤੇ, ਔਰ ਜਿਹੜੇ ਮਿਸਟਰ ਰੰਧਾਵਾ ਔਰ ਮਿਸਟਰ ਜੀਰਾ ਔਰ ਇਹਨਾਂ ਦੇ ਉੱਤੇ ਚਲਾਇਆ ਜਾਵੇ, ਜਿੱਦਾਂ ਦੀਆਂ ਅੰਦਰ ਗੰਦੀਆਂ ਗਾਲਾਂ ਕੱਢੀਆਂ ਇਹਨਾਂ ਨੇ। ਸਿਰਫ ਇਸ ਕਰਕੇ ਕਿ ਮੈਂ ਇੱਕ ਆਮ ਗਰੀਬ ਪਰਿਵਾਰ ਵਿੱਚੋਂ ਹਾਂ, ਮੈਂ ਗਰੀਬਾਂ ਦੀਆਂ ਗੱਲਾਂ ਚੱਕਦਾ, ਇਹਨਾਂ ਦੇ ਸਵਾਲ ਚੱਕਦਾ, ਔਰ ਇਹਨਾਂ ਦੇ ਸਵਾਲਾਂ ਦੇ ਉੱਤੋਂ ਮੈਂ ਸਪਲੀਮੈਂਟਰੀ ਪੁੱਛਦਾ, ਅਤੇ ਇਹਨਾਂ ਨੂੰ ਬੜੀ ਅੱਗ ਲੱਗਦੀ ਆ। ਇਹ ਤਾਂ ਮੈਂ ਪੁੱਛੂੰਗਾ, ਇਹ ਤਾਂ ਮੇਰਾ ਸੰਵਿਧਾਨਿਕ ਹੱਕ ਆ। ਇਹ ਮੈਨੂੰ ਪੁੱਛਣ ਤੋਂ ਇਹਨਾਂ ਦੀ ਬਦਮਾਸ਼ੀ, ਇਹਨਾਂ ਦੀ ਹੈਂਕੜ, ਇਹਨਾਂ ਦਾ ਹੰਕਾਰ ਨਹੀਂ ਰੋਕ ਸਕਦਾ। ਮੈਂ FM ਸਾਹਿਬ ਤਾਂ ਬਾਅਦ 'ਚ ਆਏ ਆ, ਮੇਰਾ ਤਾਂ ਪ੍ਰੋਟੈਸਟ ਆ ਸੀ, ਮੈਂ ਤਾਂ ਆਹ ਦਿਖਾਇਆ ਬਸ। ਮੈਂ ਤਾਂ ਇੱਕ ਮਿੰਟ ਗੱਲ ਸੁਣ ਲਿਓ, ਇੱਕ ਮਿੰਟ ਮੈਂ ਅੰਦਰੋਂ ਆਇਆ ਤੇ ਨਾਲ ਜੀ ਨੇ ਜੋ ਬੋਲਿਆ ਮੈਂ ਉਹ ਵੀ ਸੁਣ ਕੇ ਆਇਆ। ਚਰਨਜੀਤ ਸਿੰਘ ਚੰਨੀ ਤਕਨੀਕੀ ਸਿੱਖਿਆ ਮੰਤਰੀ, ਤਕਨੀਕੀ ਇੱਧਰ ਆ ਜਾ, ਜਿਹੜਾ ਗਵਾਹ ਸੀ ਉਹ ਆਪ ਆਪਣੀ ਗੱਲ ਕਰਨ ਲੱਗੇ ਸੀਗੇ ਸਪੀਕਰ ਸਾਹਿਬ, ਉਹਦੇ ਵੀ ਟਾਈਮ ਨਹੀਂ ਦੇ ਰਹੇ ਸੀਗੇ। ਪਰ ਮੈਂ ਹੁਣ ਘੱਗਰ ਦੇ ਪ੍ਰਦੂਸ਼ਣ ਤੇ ਉੱਥੇ ਅੰਦਰ ਸੀਗਾ ਕਿ ਤਕਨੀਕੀ ਸਿੱਖਿਆ ਮੰਤਰੀ ਜੀ ਮਤਾ ਲੈ ਕੇ ਆਏ, ਉਹ ਮਤੇ ਦੇ ਵਿੱਚ ਜਿਹੜੀ ਸ਼ਬਦਾਵਲੀ ਸੀ
ਤੇ ਸਪੀਕਰ ਸਾਹਿਬ ਨੇ ਐਕਸਪੈਂਜ ਵੀ ਨਹੀਂ ਕੀਤਾ ਹੈਗਾ ਵਰਡ, ਚੁੱਪ ਚਾਪ ਸੁਣਿਆ, ਬਲਕਿ ਹੱਲਾਸ਼ੇਰੀ ਦਿੱਤੀ। ਉਹ ਸ਼ਬਦ ਸੀਗਾ ਵੀ ਡੰਗਰਾਂ ਵਾਂਗੂ ਘੁੰਮ ਰਹੇ ਸੀ, ਡੰਗਰਾਂ ਵਾਂਗੂ। ਇਹ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ, ਜਿਹੜੇ ਇੱਕ ਐਜੂਕੇਸ਼ਨ ਦੇ ਨਾਲ ਜੁੜਿਆ ਹੋਇਆ ਡਿਪਾਰਟਮੈਂਟ ਚਲਾ ਰਹੇ ਨੇ, ਉਸ ਵਜ਼ੀਰ ਵੱਲੋਂ ਸਿੱਧੇ ਰੂਪ ਵਿੱਚ ਐਸਾ ਸ਼ਬਦ ਵਰਤਿਆ ਗਿਆ, ਅਤੇ ਸਪੀਕਰ ਸਾਹਿਬ ਨੇ ਉੱਤੇ ਕੋਈ ਓਬਜੈਕਸ਼ਨ ਨਹੀਂ ਕੀਤਾ। ਇਹ ਗਰੀਬ, ਦਲਿਤ, ਕਿਰਤੀ, ਕਾਮੇ ਲੋਕਾਂ ਦੀ ਜੇ ਕੋਈ ਆਵਾਜ਼ ਚੱਕਦਾ ਹੈ ਤਾਂ ਤੁਸੀਂ ਇਹੋ ਜਿਹੀ ਸ਼ਬਦਾਵਲੀ ਦੇ ਨਾਲ ਉਹਦੇ ਨਾਲ ਪੇਸ਼ ਆ ਰਹੇ ਹੋ। ਤਾਂ ਮੈਂ ਸਮਝਦਾ ਵੀ ਇਸ ਮੁੱਦੇ ਦੇ ਉੱਤੇ ਸਿੱਧੇ ਰੂਪ ਵਿੱਚ ਜਿੱਥੇ ਇੱਕ ਮੈਂਬਰ ਦੀ ਤੋਹੀਨ ਕੀਤੀ ਗਈ ਆ, ਇੱਕ ਬਰਾਦਰੀ ਦੀ, ਇੱਕ ਫਿਰਕੇ ਦੀ ਤੋਹੀਨ ਕੀਤੀ ਗਈ ਆ, ਮੰਤਰੀ ਜੀ ਇਹ 'ਤੇ ਜਵਾਬ ਦੇਣ। ਇਹ 'ਤੇ ਜਵਾਬ ਸਪੀਕਰ ਸਾਹਿਬ ਸਿੱਧੇ ਰੂਪ 'ਚ ਮੈਂ ਸਮਝਦਾ ਹੱਲਾਸ਼ੇਰੀ ਦੇ ਰਹੇ ਨੇ ਐਸੀ ਸੋਚ ਨੂੰ। ਜੇ ਵਿਧਾਨ ਸਭਾ ਦੇ ਵਿੱਚ ਨੁਮਾਇੰਦਿਆਂ ਦੀ ਇਹੋ ਜਿਹੀ, ਪੰਜਾਬ ਸਰਕਾਰ ਚਲਾਉਣ ਵਾਲਿਆਂ ਦੀ ਭਾਸ਼ਾ ਇਹੋ ਜਿਹੀ ਹੋਊਗੀ, ਸ਼ਬਦਾਵਲੀ ਇਹੋ ਜਿਹੀ ਹੋਊਗੀ ਵੀ ਡੰਗਰਾਂ ਵਾਂਗੂ ਘੁੰਮ ਰਹੇ ਸੀ, ਇਹ ਕਿਹੜੀ ਸ਼ਬਦਾਵਲੀ ਆ? ਅਤੇ ਫਿਰ ਮੇਰੇ ਖਿਆਲ ਵਿੱਚ ਜੇ ਮੈਂ, ਡਾਕਟਰ ਸੁੱਖੀ ਅਤੇ ਬਲਦੇਵ ਖਹਿਰਾ ਜੀ ਉੱਥੇ ਨਾ ਹੁੰਦੇ ਤਾਂ ਸਿੱਧੇ ਰੂਪ 'ਚ ਜਿਹੜੇ ਉਹਨਾਂ ਦੇ MLA ਸੀਗੇ 80 ਸੀ। 80 ਦਾ ਮਤਲਬ ਇਹ ਆ ਵੀ ਆਵਾਜ਼ ਚੱਕੋ, ਲੋਕਾਂ ਦੀ ਗੱਲ ਕਰੋ, ਲੋਕਾਂ ਦੀ ਆਵਾਜ਼ ਚੱਕੋ। ਅਸੀਂ ਵੀ ਅਤੇ ਸਿੱਧੇ ਰੂਪ 'ਚ ਮੇਰੇ ਖਿਆਲ ਵਿੱਚ ਇਹਦੇ 'ਤੇ ਮੈਨ ਹੈਂਡਲਿੰਗ ਕੀਤੀ ਗਈ, ਆ ਕੇ ਹੱਥ ਫੜੇ ਗਏ, ਧੱਕੇ ਮਾਰੇ ਗਏ। ਜੇ ਅਸੀਂ ਵਿੱਚ ਨਾ ਹੁੰਦੇ ਤਾਂ ਬੁਰੀ ਤਰ੍ਹਾਂ ਨਾਲ ਉਹਨਾਂ ਨੇ ਕੁੱਟਣ ਦੀ ਕੋਸ਼ਿਸ਼ ਕਰਨੀ ਸੀ, ਗਾਲਾਂ ਕੱਢੀਆਂ ਗਈਆਂ, ਸਿੱਧੇ ਰੂਪ 'ਚ ਗਾਲਾਂ ਕੱਢੀਆਂ ਗਈਆਂ। ਰੂਲਿੰਗ ਪਾਰਟੀ ਕਿਵੇਂ ਆ ਕੇ ਕ੍ਰੋਸ ਕਿਵੇਂ ਬਿੱਲ ਚਾਲੀ? ਤੇ ਇੱਕ ਮਿੰਟ, ਉਹ ਸਿੱਧਾ ਕਹਿ ਰਹੇ ਸੀਗੇ, ਕਹਿੰਦੇ ਜੀ ਪਵਨ ਕੁਮਾਰ ਟਿੰਨੂ ਅਗਲੀ ਸੀਟ 'ਤੇ ਬੈਠਾ ਸੀ ਜਦੋਂ ਚੰਨੀ ਜੀ ਕਹਿ ਰਹੇ ਸੀਗੇ ਵੀ ਇਹ ਇਨਡਿਸਿਪਲਨ ਆ। ਅਤੇ ਮੈਂ ਉਹਨਾਂ ਦੇ ਧਿਆਨ 'ਚ ਲਿਆਂਦਾ ਵੀ ਚੰਨੀ ਜੀ ਤੁਹਾਡੇ ਪਿੱਛੇ ਵੀ ਤਿੰਨ ਬੈਠੇ ਨੇ, ਤਿੰਨ ਬੰਦੇ ਉਹਨਾਂ ਦੇ ਟੇਬਲ ਦੇ ਪਿੱਛੇ ਬੈਠੇ ਸੀ ਜਿਨ੍ਹਾਂ 'ਚੋਂ ਦੋ ਵਜ਼ੀਰ ਸੀਗੇ, ਅਤੇ ਸਾਰੇ ਤਿੰਨ ਤਿੰਨ ਬੈਠੇ ਸੀਗੇ। ਮੈਂ ਕਿਹਾ ਕੋਈ ਬੰਦਾ ਸਲਾਹ ਕਰਨ ਲਈ, ਕੋਈ ਗੱਲ ਕਰਨ ਲਈ ਚੱਲਿਆ ਜਾਂਦਾ, ਅਤੇ ਉਹ ਸਮਾਂ ਮੰਗ ਰਿਹਾ ਸੀ, ਕੁਛ ਹੋਰ ਨਹੀਂ ਮੰਗ ਰਹੇ ਸੀ ਸਪੀਕਰ ਸਾਹਿਬ ਤੋਂ। ਜਿਸ ਕੁਰਸੀ 'ਤੇ ਦਰਸ਼ਨ ਬਰਾੜ ਜੀ ਬੈਠੇ ਸੀ, ਉਸੇ 'ਤੇ ਟਿੰਨੂ ਜੀ ਬੈਠੇ ਸੀਗੇ। ਯਾਰ ਵੀ ਸ਼੍ਰੋਮਣੀ ਅਕਾਲੀ ਦਲ ਕਲੀਅਰਲੀ ਕੰਡੈਮਸ ਇੱਕ ਦਲਿਤ ਭਾਈਚਾਰੇ ਨਾਲ ਸੰਬੰਧਿਤ ਜਿਹੜੇ ਮੁੱਦੇ ਨੇ, ਉਸ ਦਲਿਤ ਸਮਾਜ ਤੋਂ ਕਾਂਗਰਸ ਨੂੰ ਕਿਸ ਤਰੀਕੇ ਦੀ ਨਫ਼ਰਤ, ਕਿਸ ਤਰੀਕੇ ਦੀ ਬਦਬੂ ਆ ਰਹੀ ਹੈ, ਅੱਜ ਉਹਨਾਂ ਦੇ ਐਕਸ਼ਨ ਇਸ ਗੱਲ ਨੂੰ ਸਪਸ਼ਟ ਕਰ ਰਿਹਾ ਸੀ। ਸਾਰੀ ਵਿਧਾਨ ਸਭਾ 'ਚ ਉਹ ਖਜ਼ਾਨਾ ਮੰਤਰੀ, ਆ ਸਹਿਕਾਰਤਾ ਮੰਤਰੀ ਜੀਰਾ ਨੇ ਜੋ ਕੀਤੀ ਹੈ, ਅੱਜ ਅਸੀਂ ਕੰਡੈਮ ਕਰਦੇ ਹਾਂ। ਸਵੇਰੇ ਵੀ ਅਸੀਂ ਬਾਹਰ ਕੀ ਕੀਤਾ, 420 ਬਜਟ ਹੈ, ਧੋਖਾ ਇੰਪਲੋਈਸ ਨਾਲ, ਉਹਨਾਂ ਦਾ 28% DA ਦਾ ਕਿਤੇ ਜ਼ਿਕਰ ਨਹੀਂ। ਇਹ ਧੋਖਾ ਹੈ ਨੌਜਵਾਨਾਂ ਨਾਲ, ਇਹ ਧੋਖਾ ਹੈ ਕਿਸਾਨੀ ਨਾਲ, ਕਿਸਾਨੀ ਦੇ ਖੁਦਕੁਸ਼ੀ ਪਰਿਵਾਰਾਂ ਨਾਲ, 10 ਲੱਖ ਜਾਂ ਨੌਕਰੀ ਦਾ ਕਿੱਥੇ, ਆ SC ਭਾਈਚਾਰੇ ਦਾ ਕਿੱਥੇ, ਹਰ ਵਰਗ ਨਾਲ ਧੋਖਾ ਕੀਤਾ। ਤੇ ਜੇ ਕੱਲ ਵੀ ਟੀਨੂ ਵਾਂਟਡ ਟੂ ਸਪੀਕ, ਆ ਸ਼ਰਮਾ ਜੀ ਨੂੰ ਟਾਈਮ ਦੇ ਦਿੱਤਾ, ਕਹਿਤਾ ਅਖੀਰ 'ਚ ਗਵਰਨਰ ਐਡਰੈਸ ਵੇਲੇ ਵੀ ਕਿਹਾ ਅਖੀਰ 'ਚ ਬੋਲ ਲਿਓ, ਉਠਾਤਾ ਸੈਸ਼ਨ। ਕੱਲ ਇਹਨੂੰ ਕਿਹਾ ਟੀਨੂ ਕਿੰਨੀ ਵਾਰੀ ਖੜਾ ਹੋਇਆ ਕਿ ਮੈਂ ਬਾਅਦ 'ਚ ਦਊਂਗਾ, ਕਹਿੰਦੇ ਬਾਅਦ 'ਚ ਕਰ ਲਿਓ, ਅੱਜ ਜੇ ਬੋਲਿਆ ਤੇ ਫਿਰ ਉਹੀ ਗੱਲ। ਮੇਰੇ ਸਵਾਲ ਜਿਹੜੇ ਮੈਂ ਕੱਲ ਕੀਤੇ ਸੀ ਬਜਟ ਭਾਸ਼ਣ 'ਚ, ਬਈ ਤੁਸੀਂ ਪਹਿਲਾਂ 18-19 'ਚ ਪੈਸੇ ਰੱਖੇ, ਫਿਰ ਤੁਸੀਂ 19-20 'ਚ ਪੈਸੇ ਰੱਖੇ, ਹੁਣ ਤੁਸੀਂ ਗਾਂਹ ਫਿਰ ਰੱਖਤੇ, ਪਰ ਪਿਛਲੇ 2 ਸਾਲਾਂ ਦੇ ਪੈਸਿਆਂ ਵਿੱਚੋਂ ਤਾਂ 1 ਰੁਪਈਆ ਵੀ ਤੁਸੀਂ ਦਿੱਤਾ ਨਹੀਂ ਉਹਨਾਂ ਨੂੰ, ਉਹ ਤਾਂ ਮਾਰੇ ਮਾਰੇ ਫਿਰਦੇ ਆ। ਬਸ ਉਹ ਸਕੀਮਾਂ ਬੰਦ, ਸਾਰਾ ਕੁਛ ਠੱਪ, ਉਹਦਾ ਕੀ ਇੱਕ ਬਤੌਰ ਇੱਕ ਨੁਮਾਇੰਦਾ ਹੋਣ ਦੇ ਨਾਤੇ ਕੀ ਮੈਂ ਪੁੱਛ ਨਹੀਂ ਸਕਦਾ ਵਿੱਤ ਮੰਤਰੀ ਕੋਲ? ਕੀ ਵਿੱਤ ਮੰਤਰੀ ਨੂੰ ਜਵਾਬ ਨਹੀਂ ਦੇਣਾ ਚਾਹੀਦਾ? ਵਿੱਤ ਮੰਤਰੀ ਨੂੰ ਇਹੋ ਜਿਹੀ ਸ਼ਬਦਾਵਲੀ ਬੋਲਣੀ ਚਾਹੀਦੀ ਹੈ? ਵਿੱਤ ਮੰਤਰੀ ਨੂੰ ਖੁੰਦਕ ਕਰਨੀ ਚਾਹੀਦੀ ਹੈ, ਨਫ਼ਰਤ ਕਰਨੀ ਚਾਹੀਦੀ ਹੈ ਸਾਡੇ ਮੁੱਦਿਆਂ 'ਤੇ? ਇਹ ਬੇਇਨਸਾਫ਼ੀ ਆ, ਇਹ ਕਾਂਗਰਸ ਦਾ ਅਸਲੀ ਚਿਹਰਾ ਆ। ਮੈਂ 2 ਮਿੰਟ ਲੈਣੇ ਤੁਹਾਡੇ ਜੀ। ਦੇਖੋ, ਜਿਸ ਕਿਸਮ ਦੀ ਵਿਧਾਨ ਸਭਾ ਦੇ ਵਿੱਚ ਪੈਸੇ ਦਾ ਪਿਛਲੇ  3 ਸਾਲ ਤੋਂ ਹੀ ਆਹ 4th ਸਾਲ ਸ਼ੁਰੂ ਹੋ ਗਿਆ, ਆਪੋਜੀਸ਼ਨ ਦੇ ਬੰਦਿਆਂ ਨੂੰ ਇਹ ਮਹਿਸੂਸ ਕਰਦੇ ਨੇ ਵੀ ਅੰਦਰ ਵੀ ਨਾ ਵੜਨ,
ਜੇ ਅੰਦਰ ਵੜਨਾ ਤਾਂ ਇਹਨੂੰ ਅਸੀਂ ਬੋਲਣ ਨਾ ਲਈਏ, ਜੇ ਅਸੀਂ ਕੁਐਸਚਨ ਪਾਉਂਦੇ ਹਾਂ ਤਾਂ ਸਾਡੇ ਕੁਐਸਚਨ ਹੀ ਲੱਗਣ ਦਿੰਦੇ, ਜੇ ਅਸੀਂ ਜੀਰੋ ਆਵਰ 'ਤੇ ਬੋਲਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਜੀਰੋ ਆਵਰ 'ਤੇ ਸਾਨੂੰ ਬੋਲਣ ਨਹੀਂ ਦਿੰਦੇ। ਜਿਹੜਾ ਮਸਲਾ ਇਹ ਸਾਡੇ ਪਵਨ ਕੁਮਾਰ ਟੀਨੂ ਦਾ ਹੋਇਆ, ਮੇਰਾ ਖਿਆਲ ਆ ਹਿੰਦੁਸਤਾਨ ਦੇ ਇਤਿਹਾਸ 'ਚ ਕਦੇ ਇਹੋ ਜਿਹਾ ਨਹੀਂ ਹੋਇਆ ਹੋਊਗਾ ਕਿ ਜਿਹੜਾ ਫਾਈਨਾਂਸ ਮਿਨਿਸਟਰ ਆ ਉਹ ਸਿੱਧੀਆਂ ਮਾਵਾਂ ਭੈਣਾਂ ਦੀਆਂ ਗਾਲਾਂ ਕੱਢੇ। ਸਿੱਧੀਆਂ 35 ਬੰਦੇ ਕਦੇ ਦੇਖਿਆ ਵੀ ਜਿਹੜੀ ਮੌਜੂਦਾ ਸਰਕਾਰ ਹੋਵੇ ਉਹ ਬਿੱਲ ਦੇ ਵਿੱਚ ਆ ਕੇ ਇਹਨੂੰ ਹੈਂਡਲ ਕਰੇ, ਸੋ ਧੱਕੇ ਮੁੱਕੀ ਮਾਰੇ। ਸੋ ਮੈਂ ਸਮਝਦਾ ਇਹ ਤੋਂ ਨਿੰਦਣ ਵਾਲੀ ਉਹ ਬੀਬੀ ਆਈ ਆ ਵਿਚਾਰੀ, ਉਹ ਰੋਂਦੀ ਕਰਲਾਉਂਦੀ ਆਈ ਆ ਪਿੰਡੋਂ, ਕੋਈ ਬੀਬੀ ਚਾਹੇ ਸੁੱਖ ਦੇ ਵਿੱਚ ਨਹੀਂ ਆਈ, ਭੈੜੇ ਹਾਲਤਾਂ ਦੇ ਵਿੱਚ ਆਈ ਆ। ਤੀਜਾ ਮਸਲਾ ਮੈਂ 24 ਤਰੀਕ ਨੂੰ ਵੀ ਚੱਕਿਆ, ਅੱਜ ਫਿਰ ਚੱਕਿਆ, ਦੇਖੋ ਲਾਅ ਐਂਡ ਆਰਡਰ ਦੀ ਹਾਲਤ ਕਿਹੋ ਜਿਹੀ ਆ। ਇੱਕ ਪ੍ਰਵਾਸੀ ਬੰਦਾ ਵਿਚਾਰਾ ਦੀਪਕ ਸ਼ੁਗਲਾ ਸਾਡੇ ਲੁਧਿਆਣੇ ਮੇਰੇ ਹਲਕੇ ਦਾ, 10 ਦਿਨ ਹੋ ਗਏ ਪੁਲਿਸ ਨੇ ਕੁੱਟ ਕੁੱਟ ਕੇ ਮਾਰਤਾ, ਅਤੇ ਮੈਂ ਮਿੰਤਾਂ ਤਰਲੇ ਵੀ ਕੀਤੀ ਵੀ ਗਰੀਬ ਪਰਿਵਾਰ ਆ, ਬੈਠ ਕੇ ਸਮਝੌਤਾ ਹੀ ਕਰਾ ਦਈਏ, ਨਾ ਸਮਝੌਤੇ ਵਾਲੇ ਪਾਸੇ ਨਾ ਕਿਸੇ ਹੋਰ ਪਾਸੇ, ਉਹ ਸੰਸਕਾਰ ਨਹੀਂ ਹਾਲੇ ਤੱਕ ਹੋਇਆ ਉਹਦਾ। ਉਹ ਜਿਹੜੇ ਉਹ ਕਹਿੰਦੇ ਨੇ ਕਿ ਇਹਨਾਂ ਬੰਦਿਆਂ ਨੇ ਮਾਰਿਆ, ਉਹਨਾਂ ਦੇ ਖਿਲਾਫ਼ ਐਕਸ਼ਨ ਕੋਈ ਨਹੀਂ। ਜਿਹੜੇ ਬੰਦਿਆਂ ਨੂੰ ਕਹਿੰਦੇ ਸਸਪੈਂਡ ਕਰ ਦਿਉ, ਕਹਿੰਦੇ ਸਸਪੈਂਡ ਨਹੀਂ ਕਰਨਾ, ਅਤੇ ਕਹਿੰਦੇ ਕੀ ਨੇ ਕਿ ਚੁੱਪ ਕਰਕੇ ਬੋਡੀ ਲੈ ਜਾਓ ਅਤੇ ਸੰਸਕਾਰ ਕਰ ਦਿਉ। ਆਹ ਹਾਲਾਤ ਨੇ ਸਰਕਾਰ ਦੇ ਬਣੇ ਹੋਏ, ਮੈਂ ਸਮਝਦਾ ਐਮਰਜੈਂਸੀ ਤੋਂ ਮਾੜੇ ਹਾਲਤ ਨਹੀਂ ਹੋ ਸਕਦੇ। ਅੱਜ ਪੰਜਾਬ ਦੇ ਵਿੱਚ ਐਮਰਜੈਂਸੀ ਲੱਗੀ ਹੋਈ ਹੈ, ਪੰਜਾਬ ਸਰਕਾਰ ਲਾਉਂਦੀ ਚੀਜ਼ ਕੋਈ ਨਹੀਂ, ਨਾ ਕੋਈ ਦਲਿਤਾਂ ਨੂੰ ਕੁਛ ਦਿੱਤਾ, ਨਾ ਜਿਨ੍ਹਾਂ ਨੂੰ ਕਰਜ਼ਾ ਮਾਫ਼ ਕਰਨਾ ਸੀ ਉਹਨਾਂ ਨੂੰ ਕੁਛ ਦਿੱਤਾ, ਨਾ ਮੁਲਾਜ਼ਮਾਂ ਨੂੰ ਕੁਛ ਦਿੱਤਾ, ਸੋ ਸਾਰੇ ਵਰਗਾਂ ਦਾ ਧੋਖਾ ਕੀਤਾ। ਇਸ ਤੋਂ ਮਾੜੀ ਸਰਕਾਰ ਕੀ ਹੋਰ ਹੋ ਨਹੀਂ ਸਕਦੀ। ਇਹ ਮੁੱਦੇ ਇੱਦਾਂ ਹੀ ਚੱਕਦੇ ਰਹਾਂਗੇ ਜਿੰਨਾ ਮਰਜ਼ੀ ਇਹ ਧਮਕੀਆਂ ਦੇ। ਤਾਜ਼ਾ ਅਪਡੇਟਸ ਕੇ ਲਈ ਅਰਥ ਪ੍ਰਕਾਸ਼ ਟੀਵੀ ਕੋ ਸਬਸਕ੍ਰਾਈਬ ਕਰੇ ਔਰ ਬੈਲ ਆਈਕਨ ਕੋ ਪ੍ਰੈਸ ਕਰੇ।